ਕੀ ਕਰੀ ਜਾਂਦੇ ਹੋਗੇ? ਮੈਂ ਤਾਂ ਫੋਨ ਦੇਖ ਰਿਹਾ ਸੀ। ਮੈਂ ਕੀ ਕਹਿੰਦੀ ਸੀਗੀ ਨਾ, ਮੈਨੂੰ ਸੂਟ ਹੀ ਦਵਾ ਲਿਓ ਸ਼ਹਿਰੋਂ। ਕੀ ਦਵਾ ਦੇ? ਸੂਟ। ਉਹ ਐਵੇਂ ਭਗਾਈ ਨਾ ਬਾਹਰ, ਕੋਈ ਸੂਟ ਸਾਟ ਦੇਗਾ, ਪਹਿਲਾਂ ਹੀ ਬੜੇ ਖਰਚੋਗੇ। ਜਾ ਚੁੱਪ ਕਰੇ, ਵਗ ਜਾ, ਇੱਦੋਂ ਪਹਿਲਾਂ ਮੇਰਾ 12 ਵਜੇ। ਕਦੇ ਨਹੀਂ ਕੋਈ ਗੱਲ ਸੁਣਦਾ। ਭਾਬੀ ਕਿੱਧਰ ਚੱਲੀ? ਮੈਂ ਤਾਂ ਪੇਕਿਆਂ ਨੂੰ ਚੱਲੀ ਹੈਗੀ। ਲੈ ਪੇਕਿਆਂ ਨੂੰ ਚੱਲੀ ਭਾਬੀ, ਨਾ ਬੈਗ ਬੁਗ ਹੱਥ 'ਚ, ਕੀ ਗੱਲ ਲੜਾਈ ਲੜੂਈ ਹੋ ਗਈ? ਲੜਾਈ ਕੀ ਦੱਸਾਂ ਤੈਨੂੰ ਦਿਓਰਾ, ਮੈਂ ਤੇਰਾ ਵੀਰ ਹੈ ਨਾ, ਕੋਈ ਗੱਲ ਨਹੀਂ ਮੰਨਦਾ ਮੇਰੀ। ਮੈਂ ਇੱਕ ਸੂਟ ਲੈਣ ਨੂੰ ਕਿਹਾ ਗਾ, ਸੂਟ ਨਹੀਂ ਦਵਾ ਸਕਦਾ ਮੈਨੂੰ। ਅੱਛਾ, ਸੂਟ ਨਹੀਂ ਦਵਾ ਸਕਦਾ ਭਾਬੀ? ਸੂਟ ਵਾਲੀ ਗੱਡੀ ਗੱਲ, ਸੂਟ ਤੈਨੂੰ ਮਿੰਟ 'ਚ ਦਵਾ ਦੂਗਾ ਉਹ। ਉਹ ਕਿਵੇਂ? ਐਂ ਕਰੀ, ਉਹਨੂੰ ਕਹੀਂ ਜਾ ਕੇ ਕਹਿ ਤੇਰਾ ਫੋਨ ਚੈੱਕ ਕਰਾਂ, ਮੈਂ ਫੋਨ ਚੈੱਕ ਕਰਨਾ ਤੇਰਾ। ਫੋਨ ਚੈੱਕ ਕਰਨਾ? ਬਸ ਤੂੰ ਇੰਨਾ ਕਿ ਕਹਿ ਦੇ ਗੱਲ, ਤੈਨੂੰ ਸੂਟ ਤਾਂ ਮਿੰਟ 'ਚ ਦਵਾ ਦੂਗਾ। ਪੱਕੀ ਗੱਲ ਹੈ? ਪੱਕੀ ਗੱਲ, ਜਾ ਟਰਾਈ ਕਰਕੇ ਦੇਖ, ਜਾ ਲੰਘ ਜਾ। ਚੱਲ ਠੀਕ ਆ, 70 ਕੁੜੀਆਂ ਨਾਲ ਗੱਲਾਂ ਕਰਦਾ, ਸੂਟ ਤਾਂ ਤੈਨੂੰ ਮਿੰਟ 'ਚ ਦਵਾ ਦੂਗਾ। ਕੀ ਕਰ ਰਹੇ ਹੋਗੇ? ਮੈਂ ਜੋ ਮਰਜ਼ੀ ਕਰ ਰਿਹਾ, ਕਿਉਂ ਵਾਰ ਵਾਰ ਮੇਰਾ ਦਿਮਾਗ ਖਾਨੀ ਹੁੰਦੀ ਹੈ? ਜੇ ਤੁਸੀਂ ਮੇਰਾ ਸੂਟ ਨਹੀਂ ਦਵਾਉਣਾ ਨਾ, ਤਾਂ ਫੋਨ ਚੈੱਕ ਕਰਾਓ ਮੈਨੂੰ ਆਪਦਾ। ਉੱਧਰ ਕੀ ਦੇਖ ਦੋ, ਫੋਨ ਚੈੱਕ ਕਰਾਓ, ਫੜਾਓ ਉੱਧਰ ਮੈਨੂੰ ਫੋਨ। ਉਹ ਫੋਨ ਦਾ ਕੀ ਕਰਨਾ ਤੂੰ, ਗੂਗਲ ਪੇ ਚੈੱਕ ਕੀ ਕਰਨਾ ਹੋਣਾ? ਮੈਂ ਜੋ ਮਰਜ਼ੀ ਕਰਾ, ਤੁਸੀਂ ਫੋਨ ਦਿਓ ਮੈਨੂੰ। ਉਹ ਉਹ ਕਾਨੂੰ ਯਾਰ, ਐਂ ਕਰ ਤੂੰ ਜਾ ਕੇ ਸੂਟ ਲੈ ਲਈ, ਮੈਂ ਗੂਗਲ ਪੇ ਆਪੇ ਪੈਸੇ ਕਰ ਦੂੰਗਾ। ਜਾ ਜਾ ਜਾ, ਸੂਟ ਲੈ ਲੈ ਤੂੰ। ਚੱਲ ਠੀਕ ਆ, ਮੈਂ ਵੀ ਗੂਗਲ ਪੇ ਚੈੱਕ ਕਰਨਾ ਸੀਗਾ, ਐਵੇਂ ਤੁਸੀਂ ਔਖੇ ਹੋਈ ਜਾਂਦੇ ਹੋ ਮੇਰੇ ਨਾਲ। ਚੱਲ ਠੀਕ ਹੈ, ਤੂੰ ਹੁਣ ਮੈਂ ਤੈਨੂੰ ਕਹਿ ਦੇਣਾ, ਜਾ ਲੈ ਲੈ ਸੂਟ ਜਾ ਕੇ। ਠੀਕ ਹੈ। ਸਲਾਹ ਮੰਗਦਾ ਫਿਰੀ ਅੰਦਰ ਕੀ ਮਤਲਬ ਹੈ ਤੇਰਾ? ਪਹਿਲਾਂ ਭਾਬੀ ਆਈ ਸੀਗੀ। ਭਾਬੀ ਆਈ ਸੀ? ਅੱਛਾ, ਮੇਰੇ ਸਾਲਿਆਂ ਨੂੰ ਤੂੰ ਹੀ ਸਲਾਹ ਦਿੱਤੀ।